कल गिया सिर सजा के तोरे पोते दादी ने लाड़ी मौत व्यावन तुर पै दोवे लाड़े मुखते लाली दमका मारे निकिया बाला दे। जी बिल्कुल जी, कलगीधर दशमेश पिता जिन्हां दे समुचे परिवार ने ਉਹ ਦੇ ਇਹਨਾਂ ਠੰਡੇ ਦਿਨਾਂ ਦੇ ਵਿੱਚ ਜੋ ਮਹਾਨ ਜੋ ਸਾਕਾ ਵਾਪਰਿਆ, ਮਹਾਨ ਸ਼ਹੀਦੀਆਂ ਹੋਈਆਂ ਜਿਹਦੇ ਵਿੱਚ ਕਿ ਅਨੇਕਾਂ ਸਿੰਘਾਂ ਸਿੰਘਣੀਆਂ ਨੇ ਜਿੱਥੇ ਸ਼ਹਾਦਤਾਂ ਦਿੱਤੀਆਂ ਉੱਥੇ ਦਸ਼ਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦਿਆਂ ਦੀਆਂ ਵੀ ਸ਼ਹਾਦਤਾਂ ਹੋਈਆਂ। ਸੋ ਛੋਟੇ ਸਾਹਿਬਜ਼ਾਦਿਆਂ ਦੀਆਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ, ਜਿਨ੍ਹਾਂ ਨੂੰ ਕਿ ਜ਼ਿੰਦਾ ਹੀ ਨੀਹਾਂ ਦੇ ਵਿੱਚ ਚਿਣਾ ਦਿੱਤਾ ਗਿਆ ਸੀ, ਉਹ ਨੀਹਾਂ 'ਚ ਚਿਣਾਉਂਦਿਆਂ ਦਾ ਜੋ ਦ੍ਰਿਸ਼ ਹੈ ਉਹ ਦਾਸ ਰੇ ਨੇ ਆਪਣੀ ਕਲਾ ਦੇ ਜ਼ਰੀਏ ਬਣਾ ਕੇ ਸਮਰਪਿਤ ਕੀਤਾ ਹੈ, ਜੋ ਕਿ ਲੋਹੇ ਦੇ ਅਤੇ ਸੁਨਹਿਰੀ ਕਿੱਲਾਂ ਦੇ ਨਾਲ ਇਹ ਤਿਆਰ ਕੀਤਾ ਗਿਆ, ਜਿਹਦੇ ਵਿੱਚ ਕਿ 5030 ਕਿੱਲਾਂ ਦਾ ਇਸਤੇਮਾਲ ਕੀਤਾ ਗਿਆ। ਕਚਹਿਰੀ ਜੋੜਾ ਹੰਸਾਂ ਦਾ ਕੋਠਿਆਂ ਉੱਤੇ ਤੱਕ ਕੇ ਚੜਦੇ ਲੋਕ ਵਿਚਾਰੇ, ਕੋਠਿਆਂ ਉੱਤੇ ਚੜ ਕੇ ਤੱਕਦੇ ਲੋਕ ਵਿਚਾਰੇ, ਚੱਲੇ ਨੀਹਾਂ ਡੂੰਘੀਆਂ ਕਰਨ ਸਿੱਖੀ ਦੇ ਮਹਿਲ ਦੀਆਂ, ਚੱਲੇ ਨੀਹਾਂ ਡੂੰਘੀਆਂ ਕਰਨ ਸਿੱਖੀ ਦੇ ਮਹਿਲ। ਇਸ ਨੂੰ ਬਣਾਉਣ ਦੇ ਵਿੱਚ ਤਕਰੀਬਨ ਮੈਨੂੰ 4 ਦਿਨਾਂ ਦਾ ਸਮਾਂ ਲੱਗਾ, ਅਤੇ ਸੁਨਹਿਰੀ ਕਿੱਲੇ ਜੋ ਮੈਂ ਨੀਹਾਂ ਦੇ ਵਿੱਚ ਇਸਤੇਮਾਲ ਕੀਤੇ ਗਏ, ਇਹਦੇ ਵਿੱਚ ਮੇਨ ਇਹ ਦਰਸਾਇਆ ਗਿਆ ਕਿ ਨਿੱਕੀਆਂ ਨਿੱਕੀਆਂ ਜਿੰਦਾਂ ਜੋ ਵੱਡੇ ਸਾਕੇ ਕਰ ਗਈਆਂ, ਜਿਨ੍ਹਾਂ ਨੇ ਮਹਾਨ ਸ਼ਹਾਦਤਾਂ ਦੇ ਕੇ ਸਮੁੱਚੇ ਸਿੱਖ ਪੰਥ ਨੂੰ ਇੱਕ ਨਵੀਂ ਸੇਧ ਦੇ ਕੇ ਗਏ। ਉਹਨਾਂ ਨੇ ਈਨ ਨਹੀਂ ਮੰਨੀ, ਲੇਕਿਨ ਆਪਣੀਆਂ ਜਾਨਾਂ ਵਾਰ ਗਏ। 7 ਅਤੇ 9 ਸਾਲ ਦੀ ਉਮਰ ਦੇ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ, ਜੋ ਕਿ 7 ਅਤੇ 9 ਸਾਲ ਦੀਆਂ ਉਮਰਾਂ ਦੇ ਵਿੱਚ ਐਡਾ ਵੱਡਾ ਸਾਕਾ ਕਰ ਗਏ, ਜੋ ਕਿ ਸਮੁੱਚੇ ਪੰਥ ਦੇ ਵਿੱਚ ਇਸ ਤਰ੍ਹਾਂ ਦੀਆਂ ਜੋ ਮਹਾਨ ਸ਼ਹਾਦਤਾਂ ਨੇ ਇਹ ਸਾਨੀਆਂ ਮਨਾਈਆਂ ਤਾਂ ਹੀ ਸਫਲਾ ਨੇ ਕਿ ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲੀਏ, ਕਿਉਂਕਿ ਉਹਨਾਂ ਨੇ ਧਰਮ ਆਪਣਾ ਨਾਂ ਛੱਡਦਿਆਂ ਹੋਇਆ ਈਨ ਨਹੀਂ ਮੰਨੀ, ਲੇਕਿਨ ਸ਼ਹਾਦਤਾਂ ਦੇ ਦਿੱਤੀਆਂ। ਸਾਨੂੰ ਵੀ ਆਪਣੇ ਧਰਮ 'ਤੇ ਅਡੋਲ ਰਹਿਣਾ ਚਾਹੀਦਾ। ਨੀਹਾਂ 'ਚ ਛੁਪਾਇਆ ਛੁਪਦੇ ਨਹੀਂ ਓ ਸੱਚ ਦੇ ਸੂਰਜ, ਨੀਹਾਂ 'ਚ ਘਬਰਾਉਂਦੇ ਰਾਤਾਂ ਤੋਂ ਨਾ ਚਾਨਣ ਕਦੇ ਮੁਨਾਰੇ, ਬੈਠੇ ਆਲਣਿਆਂ ਵਿੱਚ ਪੰਛੀ ਹੰਝੂ ਕੇਰ ਰਹੇ, ਬੈਠੇ ਆਲਣਿਆਂ ਵਿੱਚ ਪੰਛੀ ਹੰਝੂ ਕੇਰ ਰਹੇ, ਧਰਤੀ ਡੋਲੀ ਸ਼ਰਬਤੀ ਪਾਣੀ ਹੋ ਗਏ ਖਾਰੇ।